ਹਾਂਜੀ ਕਿਸਾਨ ਵੀਰੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਸਰਾਲੀ ਮੰਡ, ਤਹਿਸੀਲ ਪੱਟੀ, ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ। ਵੀਰ ਪਿੰਦਰ ਦੇ ਕੋਲ ਆਏ ਹਾਂ ਦੋਸਤੋ, ਪਸ਼ੂ ਵਪਾਰ ਦਾ ਕੰਮ ਆ ਮੋਸਟਲੀ ਵੀਰਾਂ ਨੂੰ ਪਤਾ ਹੀ ਆ। ਅਤੇ ਅੱਜ ਦੋਸਤੋ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਦੋ ਬੈੜਾਂ ਦਿਖਾਵਾਂਗੇ, ਜਿਨ੍ਹਾਂ ਦੇ ਵਿੱਚੋਂ ਇੱਕ ਬੈੜ ਬਿਲਕੁਲ ਤਾਜ਼ੀ ਸੂਈ ਆ ਅਤੇ ਇੱਕ ਹਜੇ ਦਿਨ ਲੈ ਕੇ ਜਾਂਦੀ ਆ। ਦਿਨ ਕਿੰਨੇ ਕੁ ਜਾਂਦੀ ਆ ਪੂਰੀ ਗੱਲਬਾਤ ਕਰਾਂਗੇ। ਇੱਕ ਦੋਸਤੋ ਤੁਹਾਨੂੰ ਝੋਟੀ ਦਿਖਾਵਾਂਗੇ, ਪਹਿਲਾ ਸੂਆ ਸੂਣ ਦੇ ਵਿੱਚ ਤਿਆਰੀ ਆ, ਠੀਕ ਆ। ਸਮਾਂ ਹਜੇ ਦੇਣ, ਇਹ ਝੋਟੀ ਵੀ ਲਿਜਾਂਦੀ ਆ, ਕਿੰਨਾ ਕੁ ਸਮਾਂ ਲਿਜਾਂਦੀ ਪੂਰੀ ਗੱਲਬਾਤ ਜਿਹੜੀ ਆ ਦੋਸਤੋ ਆਪਾਂ ਕਰਾਂਗੇ ਵੀਰ ਪਿੰਦਰ ਦੇ ਨਾਲ। ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲਿਓ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਤੁਹਾਨੂੰ ਇਹਨਾਂ ਪਸ਼ੂਆਂ ਦੇ ਰਿਲੇਟ ਦੇ ਵਿੱਚ ਜਾਂ ਸੰਬੰਧ ਦੇ ਵਿੱਚ ਸਮਝ ਵਿੱਚ ਆ ਸਕੇ, ਠੀਕ ਆ। ਪੂਰਾ ਭਾਅ ਪੜਤਾ ਦੋਸਤੋ, ਪੂਰਾ ਸੂਆ ਹਰ ਇੱਕ ਪਾਸੇ ਨੂੰ ਡਿਟੇਲ ਆਪਾਂ ਲਵਾਂਗੇ ਵੀਰ ਤੋਂ, ਠੀਕ ਆ। ਅੱਜ 23 ਅਪ੍ਰੈਲ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਦੋਸਤੋ, ਸਮਾਂ ਤੁਸੀਂ ਜ਼ਰੂਰ ਨੋਟ ਕਰ ਲਓ, ਸ਼ਾਮ ਦਾ ਸਮਾਂ ਹੈਗਾ 4:30 ਵਜੇ ਦਾ, ਠੀਕ ਹੈ ਜੀ, ਈਵਨਿੰਗ ਟਾਈਮ ਆ। ਅਤੇ ਆਓ ਕਰਦੇ ਹਾਂ ਗੱਲਬਾਤ, ਪੁੱਛਦੇ ਹਾਂ ਕੀ ਜਿਹੜੀ ਦੋਸਤੋ ਅੱਜ ਗੱਲਬਾਤ ਹੈਗੀ ਇਹਨਾਂ ਪਸ਼ੂਆਂ ਦੀ, ਠੀਕ ਆ, ਕੀ ਭਾਅ ਪੜਤਾ ਰਹੇਗਾ, ਠੀਕ ਆ। ਸਭ ਤੋਂ ਪਹਿਲਾਂ ਵੀਰ ਪਿੰਦਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹੋਰ ਕਹਿਮ ਜੀ, ਚੜ੍ਹਦੀ ਕਲਾ ਜੀ, ਠੀਕ ਆ। ਪਿੰਦਰ ਵੀਰ, ਇੱਕ ਤਾਂ ਅੱਜ ਝੋਟੀ ਆ ਗਈ ਆਪਣੇ ਕੋਲ ਵਿਖਾਊ, ਹਾਂਜੀ, ਦੋ ਬੈੜਾਂ ਆ ਗਈਆਂ, ਦੋ ਬੈੜਾਂ, ਠੀਕ ਆ। ਅਤੇ ਝੋਟੀ ਦੀ ਕੀ ਡਿਟੇਲ ਆ, ਝੋਟੀ ਸੂਬਾ ਕਿਨਮਾ ਸੁਣ ਜਾ ਰਹੀ ਹੈ? ਝੋਟੀ ਜੀ ਪਹਿਲਾ ਸੂਗਾ ਜੀ, ਪਹਿਲਣੀ ਆ, ਹਾਂਜੀ, ਠੀਕ ਆ। ਅਤੇ ਪੰਜ-ਸੱਤ ਕੱਢਦੀ ਆ, ਪੰਜ ਸੱਤ ਚਾਰ ਦਿਨ ਲੈ ਜਾਏ, ਇੰਨੇ ਕੁ ਦਿਨ ਕੱਢੂ, ਵੱਧ ਨਹੀਂ ਕੱਢਦੀ, ਠੀਕ ਆ, ਹਾਂਜੀ। ਆ ਲਓ ਵੀ ਪਹਿਲਾ ਸੂਆ ਦੋਸਤੋ, ਜਿਹੜੀ ਇਹ ਝੋਟੀ ਸੁਣ ਜਾ ਰਹੀ ਆ। ਅਤੇ ਆਹ ਮੂੰਹ ਮੱਥੇ ਦੀ ਵੇਖੋ, ਸਿੰਗੀ ਸੁੰਗੀ ਵੇਖੋ, ਬਣਤਰ ਵੇਖੋ, ਠੀਕ ਆ ਜੀ, ਫੇਸ ਕੁਆਲਿਟੀ ਵੇਖੋ। ਅਤੇ ਮੂੰਹੋਂ ਤਕਰੀਬਨ ਫੜ ਕੇ ਵੇਖਿਆ ਨਹੀਂ, ਬਾਕੀ 4 ਕਦੰਦ ਹੋਵੇਗੀ ਤਕਰੀਬਨ, ਕਿਉਂ ਵੀਰ? ਹਾਂਜੀ, 4 ਦਿਨ ਚੌਕੀ ਹੋਵੇਗੀ, ਹਾਂਜੀ, ਠੀਕ ਆ। ਬਾਕੀ ਕੋਈ ਵੀ ਰਾਵੇ ਆਪਦੀ ਤਸੱਲੀ ਤੁਸੀਂ ਘਰ ਵਿਜਿਟ ਕਰਕੇ ਕਰ ਲਿਓ। ਅਤੇ ਬਾਕੀ ਫੇਸ ਕੁਆਲਿਟੀ ਚੰਗੀ ਆ, ਸਿੰਗਾਂ ਦੀ ਬਣਤਰ ਵਧੀਆ, ਅਤੇ ਪਹਿਲਾਂ ਨੇ ਸੋਹਣਾ ਹੈਗਾ। ਥਣ ਥੁਣ ਜਿਹੜਾ ਲੱਗਾ ਮੈਂ ਤੁਹਾਨੂੰ ਇੱਕ ਵਾਰੀ ਪ੍ਰੋਪਰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਜੀ, ਆਹ ਦੇਖੋ, ਠੀਕ ਆ। ਵੀਰ ਕਹਿੰਦਾ ਵੀ ਘੱਟੋ ਘੱਟ 4 ਕੁ ਦਿਨ ਸਮਾਂ ਲੈ ਜੂਗੀ, 4 ਦਿਨ ਲੈ ਜੇ, 5 ਦਿਨ ਲੈ ਜੇ, ਬਾਕੀ ਹੋ ਸਕਦਾ ਸਫ਼ਰ ਦੇ ਵਿੱਚ ਕੋਈ 2 ਦਿਨ 3 ਦਿਨ ਸਮਾਂ ਲੈ ਜੇ, ਬਾਕੀ ਹਜੇ ਤੱਕ ਲੱਗਦਾ ਨਹੀਂ ਗਾ ਵੀ ਦੋਸਤੋ ਘੱਟੋ ਘੱਟ 5-4 ਦਿਨ ਸੂਬੇ, ਠੀਕ ਆ। ਅਤੇ ਆਹ ਕਰੋ ਚੈੱਕ, ਠੀਕ ਆ, ਮਤਲਬ ਕਿ ਕਰੈਕਟ ਦੇਣ ਤਾਂ ਬਸ 5-4 ਦਿਨ ਹੀ ਵੰਡ ਲੈ ਜੀ, ਇੱਥੋਂ ਵੀ ਸੋਪੂਗੀ। ਬਾਕੀ ਵੀਰ ਪਿੰਦਰ, ਤਿੱਪਣ ਤੁੱਪਣ ਵਧੀਆ ਨਿਕਲੀ? ਬਿਲਕੁਲ ਓਕੇ, ਮੁੱਗ ਵਰਗੀ ਮੋਟੀ ਧਾਰ ਆ, ਮੋਟੀ ਧਾਰ ਆ, ਹਾਂਜੀ, ਠੀਕ ਆ। ਅਤੇ ਜਿੱਥੋਂ ਲਿਆਉਂਦੀ ਆ ਕੋਈ ਦੱਸਿਆ ਕਿ ਮਾਮੂ ਦਾ ਵੀ ਕੋਈ ਦੁੱਧ ਦਾ? ਦੇਖੋ ਜੀ, ਉਹ ਜਿੰਨੇ ਉਹਨਾਂ ਦੇ ਪਹੂ ਜਿਹੜੇ ਵੀ ਬਹੁਤ ਚੰਗੇ ਪਹੂ ਆ ਜਿਹਨਾਂ ਦੇ, ਉਹਨਾਂ ਦੇ ਮੈਂ ਪੁੱਛਿਆ ਨਹੀਂ, ਵੀ ਮਾਂ ਦਾ ਕਾਰਡ ਨਹੀਂ ਪੁੱਛਿਆ, ਮੈਂ ਗਲਤ ਗੱਲ ਨਹੀਂ ਕਰਨੀ, ਠੀਕ ਆ ਜੀ, ਬਣ ਬਹੁਤ ਸੁੰਦਰ ਡੰਗਰ ਉਹਨਾਂ ਦਾ, ਕਿਉਂਕਿ ਪਸ਼ੂ ਘਰ ਦੇ ਰਵੇ ਚੋਂ ਆਇਆ ਆਪਣੇ ਕੋਲ, ਘਰ ਦੀ ਝੋਟੀ, ਘਰ ਦੀ ਝੋਟੀ, ਹਾਂਜੀ, ਮੈਂ ਤਾਂ ਹੁਣੇ ਲੈ ਕੇ ਆਇਆ ਵੈਸੇ, ਹਾਂ, ਅਤੇ ਬਹੁਤ ਸੋਹਣੀ ਆ, ਸੀ ਅਲੱਗ ਵਾ, ਕੋਈ ਗੱਲ ਨਹੀਂ ਇਹੋ ਜੀ, ਠੀਕ ਹੈ ਜੀ, ਹਾਂਜੀ। ਲਓ ਵੀ ਦੋਸਤੋ, ਅੱਗੋਂ ਬੇਸ਼ੱਕ ਤੁਸੀਂ ਵੇਖ ਸਕਦੇ ਹੋ, ਠੀਕ ਆ, ਵਪਾਰ ਦਾ ਕੰਮ ਆ, ਅੱਗੋਂ ਪਸ਼ੂ ਜਿਹੜੇ ਦੋਸਤੋ ਘਰੋਂ ਹੀ ਆਏ ਨੇ, ਤਕਰੀਬਨ ਝੋਟੀ ਤੁਸੀਂ ਵੇਖੋਗੇ, ਪਿੱਠ ਪੁੱਠਾ ਵੇਖੋਗੇ, ਚੜਾਈ ਵੇਖੋਗੇ, ਆਹ ਵੇਖੋ, ਠੀਕ ਆ, ਬਿਲਕੁਲ ਰਾਜੀ ਝੋਟੀ ਆ, ਚੰਗੀ, ਬਿਲਕੁਲ ਸਾਂਭ ਸੰਭਾਲ ਦੇ ਵਿੱਚ ਪਲੀ ਆ। ਅਤੇ ਆਹ ਬੈਕ ਸਾਈਡ ਜਿਹੜੇ ਥਣਾਂ ਦਾ ਸਾਈਜ਼ ਵੇਖੋ, ਗੈਵੰਤਰ ਵੇਖੋ, ਪਹਿਲਾਂ ਝੋਟੀ ਸੁਣ ਜਾ ਰਹੀ ਹੈ, ਬਿਲਕੁਲ ਧਿਆਨ ਦੇ ਵਿੱਚ ਤੁਸੀਂ ਰੱਖ ਕੇ ਵੀਰ ਪਿੰਦਰ ਦੇ ਨਾਲ ਜਿਹੜਾ ਸੰਪਰਕ ਕਰ ਸਕਦੇ ਹੋ। ਖੋਲ੍ਹ ਕੇ ਆਪਾਂ ਤੁਹਾਨੂੰ ਤੋੜ ਕੇ ਚੰਗੀ ਤਰ੍ਹਾਂ ਦਿਖਾਉਂਦੇ ਹਾਂ, ਵੀਰ ਖੋਲ੍ਹਿਓ ਜੇ, ਠੀਕ ਆ। ਬਾਕੀ ਹੈਵੀ ਬੋਡੀ ਵੇਟ ਆ ਦੋਸਤੋ, ਸਰੀਰਕ ਬਣਤਰ ਜੇਕਰ ਦੇਖੀਏ ਤਾਂ ਭਾਰੇ ਵਜਨ ਵੱਟੇ ਵਾਲੀ ਝੋਟੀ ਆ। ਅਤੇ ਆਹ ਵੇਖੋ ਪਿੱਠ ਪੁੱਠੇ ਤੋਂ, ਠੀਕ ਆ ਜੀ,
ਬਾਕੀ ਥਣ ਥੁਣ ਜਿਹੜਾ ਬਹੁਤ ਸੋਹਣਾ ਲੱਗਾ, ਠੀਕ ਆ। ਥਣ ਥੁਣ ਵੇਖੋਗੇ, ਅਗਲੇ ਵੇਖ ਲਓ ਜਿਹੜੇ ਮਗਰਲੇ ਜਿਹੜੇ ਥਣ ਦੋਸਤੋ, ਉਹ ਵੇਖ ਲਓ ਵੀ ਸੋਹਣਾ ਥਣ ਲੱਗਿਆ। ਇੱਕ ਤਾਂ ਹੁੰਦਾ ਝੋਟੀਆਂ ਦੇ ਜਿਹੜੇ ਦੋਸਤੋ, ਪਹਿਲਾਂ ਨਾ ਝੋਟੀਆਂ ਸੁਣਦੀਆਂ ਨੇ, ਛੋਟੇ ਛੋਟੇ ਥਣ ਹੁੰਦੇ ਆ, ਅਤੇ ਥਣਾਂ ਦਾ ਸਹਿਜ ਤਕਰੀਬਨ ਤੁਸੀਂ ਵੇਖੋਗੇ ਵੀ ਜਿਵੇਂ ਦੂਜਿਆਂ ਝੋਟੀ ਨੂੰ ਲੱਗਾ ਹੁੰਦਾ, ਉਹੋ ਜਿਹਾ ਥਣ ਜਿਹੜਾ ਦੋਸਤੋ ਇਸ ਝੋਟੀ ਦੀ ਆ, ਠੀਕ ਆ। ਅਤੇ ਬਾਕੀ ਤਿੱਪਣ ਬਹੁਤ ਵਧੀਆ ਨਿਕਲੀ ਆ, ਉਹ ਵੀਰ ਤੋਂ ਆਪਾਂ ਪੁੱਛ ਹੀ ਲਿਆ। ਇੱਕ ਵਾਰੀ ਮੈਂ ਤੁਹਾਨੂੰ ਜਿੰਨਾ ਵੀ ਹੋ ਸਕਦਾ ਨੇੜੇ ਤੋਂ ਆ ਫਿਰ ਦਿਖਾਉਣ ਦੀ ਕੋਸ਼ਿਸ਼ ਕਰਦਾ ਥਣ ਥੁਣ। ਆਹ ਕਰੋ ਚੈੱਕ ਜੀ, ਠੀਕ ਆ। ਪਿੰਦਰ ਵੀਰੇ ਕਿੰਨੀ ਕੁ ਡਿਮਾਂਡ ਫਿਰ ਸੰਧੂ ਸਾਹਿਬ? ਆਪਾਂ ਡਿਮਾਂਡ ਨਹੀਂ ਇਹਨਾਂ ਦੀ ਕਰਨੀ, ਹਾਂਜੀ ਆਪਾਂ ਅੱਜ ਗੱਲ ਉਹੀ ਕਰਨੀ ਜੋ ਲੈ ਦੇ ਲੈਣਾ, ਨਾ ਮੇਰਾ ਵੀਰ ਕੋਈ ਵਾਰ ਵਾਰ ਫੋਨ ਲਾਵੇ ਵੀ ਵੀਰੇ ਤੂੰ ਤਾਂ ਇੰਨਾ ਰੇਟ ਕੀਤਾ ਸੀ ਜਾਂ ਇੰਨੇ ਘਟਾ ਲਾਏ ਨਹੀਂ ਜੀ ਗੱਲ ਬਣੀ। ਮੁੱਲ ਅੱਜ ਮੈਂ ਉਹੀ ਗੱਲ ਕਰਨੀ ਜਿਹੜੀ ਲੈ ਦੇ ਲੈ। ਅੱਛਾ ਜੀ, ਮੁੱਲ ਭਾਵੇਂ 70 ਕਰਾ ਲਓ, 75 ਕਰਾ ਲਓ, 80 ਕਰਾ ਲਓ, ਵੈਸੇ ਇਹੋ ਜਿਹੀਆਂ ਝੋਟੀਆਂ ਲੋਕੀ 90-90 ਵੀ ਮੰਗੀ ਜਾਂਦੇ, ਕੋਈ ਅੰਤ ਨਹੀਂ ਗਾ। ਬਿਲਕੁਲ ਜੀ, 65,000 ਦੀ ਝੋਟੀ ਦੇਵਾਂਗੇ, 100 ਰੁਪਇਆ ਵੀ ਲੈਸ ਨਹੀਂ ਕਰਨਾ, 100 ਰੁਪਇਆ ਛੋਟ ਕਰਾਂਗੇ ਸਿਰਫ, 65,000 ਦੀ ਝੋਟੀ ਦੇਵਾਂਗੇ। ਲਓ ਜੀ, ਜ਼ਿਆਦਾ ਮਾਨਤਾ ਨਹੀਂ ਜੀ ਉਹਨਾਂ, ਮੁੱਲ ਉਹੀ ਗੱਲ ਕਰਨੀ ਅੱਜ ਵੀ ਆਪਾਂ ਲੈ ਦੇ ਲੈਣਾ। ਲਓ ਵੀ ਦੋਸਤੋ, ਇੱਥੇ ਤਾਂ ਕੋਈ ਸ਼ੱਕ ਨਹੀਂ ਹੈਗਾ ਗਾ, 65,000 ਲੈ ਦੇ ਵਾਲਾ ਮੁੱਲ ਆ, 75 ਵੀ ਬਾਈ ਪਿੰਦਰਾਂ ਦਾ ਵੀ ਕਰ ਸਕਦੇ ਹਾਂ, 70 ਵੀ, 80 ਵੀ, ਜਿਹੋ ਜਿਹਾ ਆਪਾਂ ਨੋਰਮਲ ਵੀਡੀਓ ਰੋਜ਼ ਦੀ ਪਾਈ ਦੀ ਆ, ਭੈਣ ਭਰਾਵਾਂ ਕੋਲ ਜਾਈਦਾ ਵੀ 80-85-82-83 ਮੁੱਲ ਕਰਨ ਨੂੰ ਜਿੰਨਾ ਮਰਜ਼ੀ ਕੀਤਾ ਜਾ ਸਕਦਾ, ਪਰ 65,000 ਦੀ ਜਿਹੜੀ ਆ ਉਹ ਲੈ ਦੇ ਹਾਂ ਨਾ ਜਿਹੜੀ 65,000 ਆ, ਠੀਕ ਆ। ਇਹ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ, ਭਾਵੇਂ ਡਿਮਾਂਡ ਭਾਵੇਂ 70-75-75 ਜੋ ਮਰਜ਼ੀ ਹੁੰਦੀ ਰਹੇ, ਹਾਂ ਨਾ ਜਿਹੜੀ 65,000 ਆ, ਠੀਕ ਆ। ਬਾਕੀ ਝੋਟੀ ਦੀ ਸਿੰਗੀ ਸੁੰਗੀ ਵੇਖੋ, ਮੂੰਹ ਮੱਥੇ ਦੀ ਪੂਰੀ ਫੱਬ ਆ, ਪਿੱਠ ਪੁੱਠ ਦੀ ਵੇਖੋਗੇ ਪੂਰੀ ਰਾਜੀ ਆ, ਕੋਈ ਲੱਸੀ ਫੀਕੀ ਕੋਈ ਛੋਟੀ ਜਿਹੀ ਝੋਟੀ ਨਹੀਂ ਗੀ, ਸੋਹਣੀ ਆ, ਠੀਕ ਆ। ਇੰਨੇ ਰੇਟ ਦੇ ਵਿੱਚ ਤੁਸੀਂ ਘਰ ਵਿਜਿਟ ਕਰਕੇ ਆਪ ਜਿਹੜੀ ਦੋਸਤੋ ਮੂੰਹੋਂ ਆਖੋਗੇ ਵੀਰ ਨੂੰ ਵੀ ਬਿਲਕੁਲ ਇੰਨੇ ਭਾਅ ਪੱਟਤੇ ਵਾਲੀ ਜਿਹੜੀ ਝੋਟੀ ਆ ਬਿਲਕੁਲ ਜਾਇਜ਼ ਆ, ਠੀਕ ਆ। ਸੋਹਣਾ ਥਣ ਥੁਣ ਲੱਗਾ ਅਤੇ ਪੂਰੀਆਂ ਵੰਡਾਂ 'ਤੇ ਆ ਥਣ ਥੁਣ, ਠੀਕ ਆ। ਇਸ ਤੋਂ ਬਾਅਦ ਅਗਲੀ ਇੱਕ ਜਿਹੜੀ ਵੈਟ ਤੁਹਾਨੂੰ ਦਿਖਾਉਣੀ ਆ, ਪਿੰਦਰ ਵੀਰ ਇਹ ਕਿਹੜੀ ਬਰੀਡ ਹੈਗੀ ਆ ਜੀ? ਇਹ ਜੀ ਸ਼ਾਹੀਵਾਲ ਕਰਾਓ ਸਾਹਿਬ। ਅੱਛਾ, ਸ਼ਾਹੀਵਾਲ ਕਰਾਓ ਸਾਹਿਬ, ਠੀਕ ਆ ਜੀ। ਦੂਜਾ ਸੁਗਾ ਜੀ, ਹਾਂਜੀ, ਥਣ ਥੁਣ ਬਹੁਤ ਚਾਹੋਣਾ ਲੱਗਾ ਵਾ, ਹੈ ਵੀ ਠੰਡੀ ਸੀ ਲੈ, ਠੀਕ ਆ ਜੀ, ਹਾਂਜੀ। ਸੁਬਾ ਦੂਜਾ ਨਹੀਂ ਸੁਣਾਉਣਾ? ਹਾਂਜੀ, ਦੂਜਾ ਹੀ ਘਰ ਵਾਲੇ ਕਹਿੰਦੇ, ਠੀਕ ਆ, ਹਾਂਜੀ, ਦੂਜਾ ਸੁਬਾ ਸੁਣਾ, ਠੀਕ ਆ। ਬਾਕੀ ਆਹ ਜਿਹੜਾ ਥਣ ਥੁਣ ਵੇਖੋ ਇੱਕ ਵਾਰੀ, ਆਹ ਕਰੋ ਚੈੱਕ ਜੀ, ਅਤੇ ਦਿਨ ਹਜੇ ਲੈ ਜੂਗੇ? ਦਿਨ 5-4 ਲੈ ਜੂਗੇ, ਤਿਆਰ ਹੀ ਆ, ਗੱਡੀਆਂ ਲੱਥਾ ਮਾਲ ਛੇਤੀ ਸੂਟ ਪੈ ਜਾਂਦਾ, ਤੇ ਤਕਰੀਬਨ ਸਮੁੰਡੇ ਬੱਤਰ ਜਾ, ਠੀਕ ਆ, ਹਾਂਜੀ, ਠੀਕ। ਸੁਬਾ ਦੂਜਾ ਦੱਸਤਾ? ਹਾਂਜੀ, ਦੂਜਾ, ਠੀਕ ਆ। ਖੋਲ੍ਹ ਕੇ ਇਹਨੂੰ ਦਿਖਾਈਏ ਜੀ, ਆ ਲਓ ਜੀ, ਠੀਕ ਆ। ਅਤੇ ਹਾਈਟ ਜਿਹੜੀ ਆ ਦੋਸਤੋ, ਜੇਕਰ ਆਪਾਂ ਜ਼ਿਕਰ ਕਰੀਏ ਤਾਂ ਹਾਈਟ ਬੇਸ਼ੱਕ ਤੁਸੀਂ ਮੀਡੀਅਮ ਮੰਨ ਲਓ, ਅਤੇ ਥਣ ਦੇਵੇ ਦੀ ਜਿਹੜੀ ਆ ਬਿਲਕੁਲ ਸਫਾਈ ਆ ਪੂਰੀ, ਲੜਦੂੜ ਹਜੇ ਹੈਗੇ ਆ, ਹਜੇ ਸੁਣਦੀ ਨਹੀਂ, ਘੱਟੋ ਘੱਟ ਵੀ ਜੇਕਰ 2-4 ਦਿਨ ਦੀ ਵੀ ਗੱਲ ਕਰੀਏ ਤਾਂ ਬਣ ਜੂਗੀ ਹੋਰ, ਠੀਕ ਆ। ਆਹ ਬੈਕ ਸਾਈਡ ਤੋਂ ਜ਼ਰੂਰ ਧਿਆਨ ਦੇ, ਨਾਲ ਜਿਹੜੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਆਹ ਥਣ ਜਿਹੜਾ ਹੈਗਾ, ਠੀਕ ਆ, ਮੁੱਠੀ ਵਾਲਾ ਥਣ ਆ, ਅਤੇ ਚਵਾਈ ਜਿਹੜੀ ਦੋਸਤੋ ਵਧੀਆ ਕਰਾਉਂਦੀ ਆ, ਵੀ ਹੱਥੀਂ ਚਵਾਈ ਤੁਸੀਂ ਕਰ ਸਕਦੇ ਹੋ, ਥਣ ਥੁਣ ਜਿਹੜਾ ਸਹਿਜ ਚੰਗਾ। ਅਤੇ ਵੀਰੇ ਦੀ ਫਿਰ ਡਿਮਾਂਡ ਕੀ ਕਰਤੀ? ਵੀਰੇ 35 ਕਰੀਏ, 36 ਕਰੀਏ, ਇਹ ਪੂਰੇ 30,000 ਦੀ ਦੇ ਦਾਂਗੇ, 30,000 ਦੀ, ਹਾਂਜੀ, ਹਾਂਜੀ, ਉਹ 'ਚੋਂ ਵੀ ਮਾਨਤਾ ਥੋੜ੍ਹਾ ਪਤਾ ਕਰ ਲਓਗੇ, 500-800 ਜ਼ਿਆਦਾ ਨਹੀਂ ਜੀ ਹੈਗਾ, ਬਿਲਕੁਲ, ਹਾਂਜੀ। ਦੁੱਧ ਦੁੱਧ ਇਹਨਾਂ ਵੀਰੇ ਵੈਸੇ ਤਾਂ ਆਪਾਂ ਗੱਲ ਕਰ ਲਈ ਦੀ, ਵੈਸੇ ਮੱਝਾਂ ਵਾਲਾ ਦੁੱਧ ਹੀ ਹੁੰਦਾ, ਮੱਝਾਂ ਵਾਲਾ ਬਿਲਕੁਲ ਸਾਹੀਵਾਲ ਗਾਂ ਆ, ਬਿਲਕੁਲ, ਹੈਗੀ ਠੰਡੀ ਸੀਲ ਆ, ਬਿਲਕੁਲ, ਮੀਡੀਅਮ ਸਹਿਜ ਆ, ਯਾਨੀ ਘਰ ਚੋਣ ਨੂੰ ਬਹੁਤ ਚੰਗੀ, ਠੀਕ ਹੈ ਜੀ।
ਠੀਕ ਆ ਦੋਸਤੋ, 30,000 ਜਿਹੜੀ ਲੈ ਦੇ ਵਾਲਾ ਮੁੱਲ ਆ, ਠੀਕ ਆ ਜੀ, 30,000 ਦੇ ਵਿੱਚ ਜਿਹੜੀ ਇਹ ਬੈਡ ਦਿੱਤੀ ਜਾਊਗੀ। ਸੋ ਹਰ ਪਾਸਿਓਂ ਤੁਸੀਂ ਜਿਹੜਾ ਥਣ ਥੁਣ ਆ ਉਹ ਜ਼ਰੂਰ ਧਿਆਨ ਦੇ ਵਿੱਚ ਕਰ ਲਓ, ਠੀਕ ਆ। ਅਤੇ ਬਿਲਕੁਲ ਦੁੱਧ ਵੀ ਜਿਹੜਾ ਦੋਸਤੋ ਮੱਝਾਂ ਵਾਲਾ ਹੁੰਦਾ, ਜਦੋਂ ਕ੍ਰੋਸ ਬਰੀਡ ਸ਼ਾਹੀਵਾਲ ਦੀ ਆਪਾਂ ਗੱਲ ਕਰ ਲਈਏ ਤਾਂ ਆਹ ਦੇਖੋ, ਠੀਕ ਆ। ਇਸ ਤੋਂ ਬਾਅਦ ਜਿਹੜੀ ਨੈਕਸਟ ਅਗਲੀ ਆਪਾਂ ਤੁਹਾਨੂੰ ਵੈਡ ਦਿਖਾਉਣ ਜਾ ਰਹੇ ਹਾਂ, ਇਹ ਕ੍ਰੋਸਾਂ ਕੀ ਆ ਗਿਆ ਵੀ, ਜਰਸੀ ਆ, ਜਰਸੀ ਕ੍ਰੋਸ ਹੈ, ਜਰਸੀ ਕ੍ਰੋਸ ਆ ਗਿਆ, ਹਾਂਜੀ ਹਾਂਜੀ, ਠੀਕ ਆ। ਤੇ ਰਾਤ ਦੀ ਸੂਈ ਜੀ, ਰਾਤੀ ਸੂਈ ਆ, ਹਾਂਜੀ ਹਾਂਜੀ। ਸੁਬਾ ਸੁਬਾ ਵੀ ਦੂਜਾ ਆਊਗਾ ਮੇਰੇ ਕੋਲ, ਦੂਜਾ ਨਹੀਂ ਹੋਵੇਗੀ, ਹਾਂਜੀ ਹਾਂਜੀ, ਠੀਕ ਹੈ ਜੀ। ਤੇ ਥਾਂ ਥੋੜ ਬਹੁਤ ਚੰਗਾ ਲੱਗਾ, ਚੋਚਵਾ ਬਹੁਤ ਸੋਹਣਾ, ਜਿਹੜੀ ਗੱਲ ਕਰਨ ਵਾਲੀ ਆਪਾਂ ਰਾਜੀ ਆ ਜੀ ਆਪਣੇ ਕੋਲ, ਲਓ ਵੀ ਠੀਕ ਹੈ। ਇੱਕ ਡੰਗ ਦੀ ਚੋਈ ਆਪਾਂ ਸੁਬਾ ਹੀ ਫਿਰ ਕਰ ਲਈ ਹੈ, ਮੈਂ ਦੁਪਹਿਰੇ ਚੋਗ ਲਿਆ ਜੀ। ਅੱਛਾ ਜੀ, ਹਾਂਜੀ, ਠੀਕ ਹੈ, ਉਹਨਾਂ ਚੋਈ ਬੰਦਿਆਂ ਨੇ, ਹਾਂਜੀ, ਰਾਤ ਦੀ ਸੂਈ ਗਾ ਦੁਪਹਿਰੇ ਪਾਸ ਕਰਕੇ ਲਿਆ, ਬੱਚਾ ਥੱਲੇ, ਬੱਚਾ ਜੀ, ਬੱਚਾ ਵੱਛਾ ਥੱਲੇ, ਠੀਕ ਆ। ਬਾਕੀ ਜਿਹੜੀ ਮੇਨ ਗੱਲ ਆ ਦੋਸਤੋ, ਚਵਾਈ ਜਿਹੜੀ ਆ, ਬਾਈ ਕਹਿੰਦਾ ਵੀ ਇੱਕ ਟਾਈਮ ਦੀ ਆਪਾਂ ਕੀਤੀ ਆ ਬੌਲੇ ਦੇ ਵਿੱਚ, ਚਵਾਈ ਜਿਹੜੀ ਆ ਦੋਸਤੋ ਬਹੁਤ ਬੈਸਟ ਲੱਗੀ ਆ, ਠੀਕ ਆ, ਵਧੀਆ ਚਵਾਈ ਲੱਗੀ ਆ ਬੈਡ ਦੇ। ਅਤੇ ਆਹ ਜਿਹੜੀ ਤੁਸੀਂ ਦੂਰੀ ਤੋਂ ਵੇਖ ਲਓ, ਕੱਦ ਘਾਟ ਹੀ ਸੋਹਣਾ ਬੈਡ ਦਾ, ਠੀਕ ਆ। ਜਿਹੋ ਜਿਹੀ ਆਪਾਂ ਕਹਿੰਦਾ ਪੰਜਾਬ ਦੀ ਜਰਸੀ ਵੇਖ ਲੈਂਦੇ ਨਾ ਦੋਸਤੋ, ਓਡਾ ਕੱਦ ਘਾਟ ਆ, ਖੋਲ੍ਹ ਕੇ ਤੋਰ ਕੇ ਦਿਖਾਉਣੇ ਆ। ਅਤੇ ਥਣ ਥੁਣ ਜਿਹੜਾ ਆਪਾਂ ਕਹਿ ਦਿੰਦੇ ਵੀ ਸ਼ਾਹੀਵਾਲ ਬੈਡ ਦੇ ਲੱਗਾ ਹੁੰਦਾ ਮੋਟਾ ਗੁੱਲ ਥਣ, ਉਸ ਹਿਸਾਬ ਕਿਤਾਬ ਦਾ ਜਿਹੜਾ ਥਣ ਤੁਹਾਨੂੰ ਨਜ਼ਰ ਆਊਗਾ। ਆ ਕਰੋ ਚੈੱਕ ਜੀ, ਠੀਕ ਆ, ਲੇਵੇ ਲੂਵੇ ਦੀ ਫੱਬ ਪੂਰੀ ਹੈ, ਬਾਕੀ ਆਹ ਜਿਹੜਾ ਬਹਿਣੀ ਵਾਲੇ ਪਾਸਿਓਂ ਤੁਸੀਂ ਥਣ ਵੇਖ ਸਕਦੇ ਹੋ ਜੀ, ਜਿਹੜੇ ਬੰਨੇ ਨੋਰਮਲੀ ਆਪਾਂ ਚਵਾਈ ਕਰਦੇ ਹਾਂ, ਉਧਰਲੇ ਪਾਸਿਓਂ ਜਿਹੜੀ ਦੋਸਤੋ ਥਣ ਦੀ ਸ਼ੇਪ ਬਣਤਰ ਪੂਰਾ ਹਵਾਨੇ ਦਾ ਸਟਰਕਚਰ ਜਿਹੜਾ, ਆਹ ਤੁਸੀਂ ਕਰੋ ਚੈੱਕ। ਠੀਕ ਆ, ਆਹ ਬੱਚਾ ਹੈਗਾ ਮੇਲ ਦਾ, ਠੀਕ ਆ। ਪਿੰਦਰ ਵੀਰੇ ਫਿਰ ਕੀ ਲੈਣ ਦੇਣ ਦਾ, ਵੀਰੇ ਬੋਲਦਾ ਭਾਵੇਂ ਵੱਧ ਕਰਾ ਲਓ, 40,000 ਦੇ ਦੇ, 40,000 ਦੀ 100-200 ਮਾਨਤਾਨ ਕਰਦੇ ਜ਼ਿਆਦਾ, ਠੀਕ ਆ ਵੀਰੇ, 40,000 ਦੇ ਵਿੱਚੋਂ ਕੋਈ ਮਾਨਤਾਨ ਜਿਹੜਾ ਹੋ ਜਾਊਗਾ, ਹਨਾ, ਠੀਕ ਆ। ਤੇ ਚਵਾਈ ਇੱਕ ਵਾਰੀ ਫਿਰ ਮੇਰੇ ਭਰਾਵਾਂ ਨੂੰ ਦੱਸ ਦਿਓ ਵੀ, ਜਿਹੜੀ ਕਿਸੇ ਵੀਰ ਨੇ ਮੰਨ ਲਓ ਵੀ ਆਨਲਾਈਨ ਸੌਦਾ ਵੀ ਕਰਨਾ, ਵੀਰੇ ਭਾਵੇਂ ਇਸੇ ਅਣਕੇ ਧਾਰ ਬਣਾ ਮਾਰੋ ਕੋਈ ਹੈ ਨਾ, ਬਿਲਕੁਲ ਬੈਸਟ ਚਵਾਈ ਆ, ਮੋਟੀ ਧਾਰ ਆ, ਪੋਲੀ ਆ, ਗਾਂ ਗਾੜੀ ਠੰਡੀ ਸੀਲ ਆ, ਜਿਹੜੀ ਗੱਲ ਕਰਨ ਵਾਲੀ ਉਹ ਪੂਰੇ ਜਿਹੜੀ ਆਪਾਂ ਚਵਾਈ ਕੀਤੀ ਅਸੀਂ ਬਿਲਕੁਲ ਸਹੀ, ਠੀਕ ਆ ਵੀਰ, ਇੱਕ ਜਿਹੜੇ ਵਾਰ ਘੱਟ ਨਹੀਂ ਹੈਗੀ, ਠੀਕ ਆ, ਕੋਈ ਛੱਟਾ ਨਹੀਂ ਹੈਗਾ, ਠੀਕ ਹੈ ਵੀਰੇ, ਹਾਂਜੀ। ਤੇ ਨੰਬਰ ਇੱਕ ਆਪਣੇ ਜ਼ਰੂਰ ਦੱਸ ਦਿਓ ਜੀ, ਨੰਬਰ ਜੀ 7968-68905, ਠੀਕ ਆ। ਸੋ ਦੋਸਤੋ, ਇਹ ਸਨ ਵੀਰ ਪਿੰਦਰ, ਪਿੰਡ ਸਰਾਲੀ ਮੰਡ ਹੈਗਾ, ਵਪਾਰ ਦਾ ਕੰਮ ਆ, ਬਹੁਤੇ ਵੀਰਾਂ ਨੂੰ ਮੈਂ ਫਿਰ ਇੱਕ ਵਾਰੀ ਧਿਆਨ ਦੇ ਵਿੱਚ ਲਿਆ ਦੇਣਾ, ਜਿਹੜੇ ਕੁਝ ਵੀਰ ਆਪਣੇ ਨਾਲ ਨਵੇਂ ਜੁੜੇ ਆ ਉਹਨਾਂ ਨੂੰ ਦੱਸ ਦੇਣੇ, ਵਪਾਰ ਦਾ ਕੰਮ ਆ ਕਾਫੀ ਲੰਬਾ ਪੁਰਾਣਾ ਵਪਾਰ ਆ, ਅਤੇ ਪਸ਼ੂ ਇੱਥੇ ਮੋਸਟਲੀ ਆਉਂਦੇ ਰਹਿੰਦੇ ਆ ਘਰੇ ਵਿਕਰੀ ਵਾਲੇ, ਸਮੇਂ ਦੇ ਨਾਲ ਤੁਸੀਂ ਜਿਹੜਾ ਸੰਪਰਕ ਬਣਾ ਕੇ ਰੱਖ ਸਕਦੇ ਹੋ, ਪੁੱਛ ਸਕਦੇ ਹੋ ਵੀ ਕਿਹੜੇ ਪਸ਼ੂ ਆ ਅੱਜ ਡੇਲੀ ਰੂਟੀਨ ਦੇ ਵਿੱਚ ਨਵੇਂ ਆਏ ਆ, ਠੀਕ ਆ, ਅਤੇ ਪਸ਼ੂ ਵੇਖ ਜਾਂਦੇ ਆ ਨਵੇਂ ਆ ਜਾਂਦੇ ਆ, ਅਤੇ ਨੰਬਰਾਂ 'ਤੇ ਦਿੱਤੇ ਹੋਏ ਨੰਬਰਾਂ 'ਤੇ ਤੁਸੀਂ ਸੰਪਰਕ ਕਰਕੇ ਵਧੇਰੀ ਗੱਲਬਾਤ ਕਰ ਸਕਦੇ ਹੋ। ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ, ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ।